सार न जाना तेरी सब ते वड़ा सतगुरु नानक जिन कल राखी मेरी सब ते वड़ा सतगुरु नानक जिन कल राखी मेरी ज्ञान ध्यान किश कर्म न जाना नाहन निर्मल करनी साध संगत का अंचल लाभो बिखम नदी जाए तरनी साध संगत का अंचल लाभो बिखम नदी जाए तरनी से संयोग करो मेरे प्यारे जित रसना हर नाम उचारे कर कृपा मेरे दीन दयाल अपना नाम दे जप जीवा पूर्ण होए दास की कार अपना नाम दे जप जीवा पूर्ण होए दास की कार सतनाम वाहे गुरु जी पर त्रय रावण जाहे से तन लाजी है नित प्रति हिरहें पर दर्व शिदर कतर काकी है हर गुण रमत पवित्र सगल कुल तारी हर हां सुनते भये पुनीत पार ब्रह्म विचारी हर गुण रमत पवित्र सगल कुल तारी हर हां सुनते भये पुनीत पार ब्रह्म विचारी वाहिगुरु जी का खालसा वाहिगुरु जी की फतेह। तख्त अवशत दे मालक तन तन श्री गुरु ग्रंथ साहिब जी की पावन हजूरी विच सजी हुई वड़पागी सासन सतगुरु जी ने रहमत कीती है इस पाक कड़ी सत्संग की सानू बख्शिश हुई है। पावन बाणी पुनः दी विचार चल रही है। कल असी सतवें श्लोक की विचार श्रवण कर रहे सी। एक सखी दूसरी नूं दस रही है कि हे भैणे हे सखीए जो सुखां दी रास है सुखां दा सोमा वाहिगुरु परमेश्वर है सो जो धरती दे सारे जीवां दी पालना करता है ओह तां हुण मेरे हिरदे विच वस गया है मैं तां हुण हर वेले इस दे नाल ही रहिंदी हां। ये भैणे इन्ना समर्थ है कि सारियां ही रिधियां सिद्धियां नाम दिंदियां उसके हाथ के उत्ते टिकियां हुई मेरे पर उसने कृपा की है मेरे हाथ के पद्म रेखा बना दी है भाव भाव मेरे भाग ही बदल देते हैं। मैं दर दर भटकती फिरती सी
ਮੰਦੀ ਹਾਲਤ ਸੀ, ਕੋਈ ਬਾਤ ਨਹੀਂ ਸੀ ਪੁੱਛਦਾ। ਐਸੀ ਉਸ ਮਾਲਕ ਨੇ ਕਿਰਪਾ ਕੀਤੀ ਹੈ। ਸਾਰੀਆਂ ਹੀ ਸ਼ਕਤੀਆਂ ਦੇ ਮਾਲਕ ਨੇ, ਸਾਰੇ ਹੀ ਸੁੱਖਾਂ ਦੀ ਰਾਸ ਨੇ ਮੇਰੇ 'ਤੇ ਐਸੀ ਕਿਰਪਾ ਕਰ ਦਿੱਤੀ ਹੈ ਕਿ ਮੇਰੇ ਤਾਂ ਭਾਗ ਹੀ ਬਦਲ ਦਿੱਤੇ ਹਨ। ਹੁਣ ਤਾਂ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਸੁੱਖ ਦੀ ਸੁਗੰਧੀ ਆਉਂਦੀ ਹੈ। ਸੁਗੰਧੀ ਅੰਦਰੋਂ ਆਉਂਦੀ ਹੈ। ਹਰ ਇਨਸਾਨ ਜਦੋਂ ਅੰਦਰੋਂ ਦੁਖੀ ਹੁੰਦਾ ਹੈ ਤਾਂ ਉਸਨੂੰ ਇੰਜ ਆਪਣੇ ਆਪ ਮਹਿਸੂਸ ਹੁੰਦਾ ਹੈ ਕਿ ਮੈਂ ਬੜਾ ਦੁਖੀ ਹਾਂ, ਔਰ ਬਾਹਰ ਵੀ ਆਪਣੇ ਦੁੱਖ ਲੋਕਾਂ ਦੇ ਕੇ ਰੋਂਦਾ ਰਹਿੰਦਾ ਹੈ। ਜਦੋਂ ਅੰਦਰੋਂ ਸੁਖੀ ਹੋਵੇ ਤਾਂ ਚਾਹੇ ਕਿਸੇ ਨੂੰ ਨਾ ਵੀ ਕਹੇ ਕਿ ਮੈਂ ਸੁਖੀ ਹਾਂ, ਉਸਦੇ ਚਿਹਰੇ ਤੋਂ ਹੀ ਪ੍ਰਗਟ ਹੋ ਜਾਂਦਾ ਹੈ ਕਿ ਇਹ ਇਨਸਾਨ ਅੰਦਰੋਂ ਸੁਖੀ ਹੈ, ਇਸਦੇ ਚਿਹਰੇ ਉੱਤੇ ਰੌਣਕ ਹੈ। ਹੇ ਭੈਣੇ, ਮੇਰੇ 'ਤੇ ਤਾਂ ਵਾਹਿਗੁਰੂ ਪਰਮੇਸ਼ਰ ਜੀ ਦੀ ਬਹੁਤ ਕਿਰਪਾ ਹੋ ਗਈ ਹੈ। ਇੱਕ ਹੋਰ ਕਿਰਪਾ ਹੋ ਗਈ ਕਿ ਮੇਰੇ ਗਲੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਨਾਮ ਰੂਪੀ ਨਜ਼ਰ ਪੱਟੂ ਪਾ ਦਿੱਤਾ ਹੈ। ਜਿਵੇਂ ਨਜ਼ਰ ਪੱਟੂ ਗਲੇ ਵਿੱਚ ਪਾਇਆ, ਨਜ਼ਰ ਨਹੀਂ ਹੈ ਕਿਸੇ ਦੀ ਲੱਗਦੀ, ਇਸੇ ਤਰ੍ਹਾਂ ਹੀ ਹੁਣ ਮੇਰੇ 'ਤੇ ਐਸੀ ਕਿਰਪਾ ਹੋ ਗਈ ਹੈ ਨਾਮ ਦਾ ਸਦਕਾ। ਹੁਣ ਤਾਂ ਮੇਰੇ ਨੇੜੇ ਕੋਈ ਦੁੱਖ ਨਹੀਂ ਆਉਂਦਾ ਹੈ। ਜਿਵੇਂ ਨਜ਼ਰ ਨੇੜੇ ਨਹੀਂ ਆਉਂਦੀ ਹੈ ਭੈੜੀ, ਇਸੇ ਤਰ੍ਹਾਂ ਹੀ ਹੁਣ ਮੇਰੇ ਨੇੜੇ ਕੋਈ ਦੁੱਖ ਨਹੀਂ ਆਉਂਦਾ ਹੈ ਅਤੇ ਮੈਂ ਸੁਖੀ ਹੋ ਗਈ ਹਾਂ। ਇਹ ਪਾਵਨ ਉਪਦੇਸ਼ ਆਪਾਂ ਕੱਲ੍ਹ ਸਰਵਣ ਕਰ ਰਹੇ ਸੀ, ਅੱਜ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਗੁਰਮੁਖ ਦੇ ਵਿੱਚ ਜਿੱਥੇ ਸਾਨੂੰ ਪਰਮੇਸ਼ਰ ਦਾ ਸਿਮਰਨ ਕਰਨ ਦਾ ਉਪਦੇਸ਼ ਹੈ, ਸੇਵਾ ਕਰਨ ਦਾ ਉਪਦੇਸ਼ ਹੈ, ਸਤਸੰਗ ਕਰਨ ਦਾ ਉਪਦੇਸ਼ ਹੈ, ਅਸੀਂ ਸਮਾਜ ਵਿੱਚ ਵਿਚਰ ਰਹੇ ਹਾਂ। ਸਮਾਜ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਨਾਲ ਸਾਡਾ ਵਾਹ ਪੈਣਾ ਹੈ। ਵਾਹਿਗੁਰੂ ਜੀ, ਇਸ ਸਮਾਜ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਚੰਗੇ ਲੋਕ ਵੀ ਬਣਾਏ ਹਨ ਜਿਹੜੇ ਸਦਾ ਹੀ ਪਰਮ ਪਾਰ ਕਰਦੇ ਰਹਿੰਦੇ ਹਨ, ਭਲਾ ਕਰਦੇ ਰਹਿੰਦੇ ਹਨ। ਇਸੇ ਹੀ ਤਰ੍ਹਾਂ ਉਸ ਵਾਹਿਗੁਰੂ ਨੇ ਇਸ ਜਗਤ ਵਿੱਚ ਅਸੰਖ ਮੂਰਖਾਂ ਦੇ ਹੋਰ ਵੀ ਪੈਦਾ ਕੀਤੇ ਹਨ। ਚੋਰ, ਹਰਾਮਖੋਰ, ਗਲਵਟ, ਹੱਤਿਆ ਕਮਾਉਣ ਵਾਲੇ ਵੀ ਬੇਅੰਤ ਪੈਦਾ ਕੀਤੇ ਹਨ। ਕਰੋੜਾਂ ਹੀ ਉਸਨੇ ਅਭਿਮਾਨੀ ਪੈਦਾ ਕੀਤੇ ਹਨ, ਕਰੋੜਾਂ ਹੀ ਉਸਨੇ ਅੰਧ ਅਗਿਆਨੀ ਪੈਦਾ ਕੀਤੇ ਹਨ, ਕਰੋੜਾਂ ਹੀ ਉਸਨੇ ਕਿਰਪਨ ਕਠੋਰ ਪੈਦਾ ਕੀਤੇ ਹਨ, ਪੱਥਰ ਵਰਗਾ ਜਿਨ੍ਹਾਂ ਦਾ ਦਿਲ ਹੈ, ਕਿਸੇ ਦੇ ਦੁੱਖ ਨੂੰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ, ਭਾਵੇਂ ਕੋਈ ਤੜਫਦਾ ਹੋਇਆ ਲਾਗੇ ਮਰ ਜਾਵੇ। ਸੋ ਇਹ ਸਭ ਵਾਹਿਗੁਰੂ ਦੀ ਖੇਡ ਹੈ। ਹੇ ਭੈਣੇ, ਮੇਰੇ ਸਤਿਗੁਰੂ ਜੀ ਨੇ ਮੈਨੂੰ ਇਹ ਦ੍ਰਿੜ ਕਰਾ ਦਿੱਤਾ ਹੈ ਕਿ ਸੰਸਾਰ ਵਿੱਚ ਵਿਚਰਦੇ ਹੋਏ ਸਾਵਧਾਨ ਰਹਿਣਾ ਹੈ। ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਕੀ ਹੈ? ਪਰਾਇਆ ਤਨ ਅਤੇ ਪਰਾਇਆ ਧਨ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਜਿਸ ਵਿੱਚ ਭਗਤ ਨਾਮਦੇਵ ਜੀ ਨੇ ਇਹ ਸਿੱਖਿਆ ਦਿੱਤੀ ਹੈ ਕਿ ਜੇ ਇਨਸਾਨ ਪਰਾਇਆ ਤਨ ਅਤੇ ਪਰਾਇਆ ਧਨ ਜਿਹੜਾ ਹੈ ਇਸ ਨੂੰ ਨਾ ਝਾਕੇ, ਇਸ ਨੂੰ ਝਾਕੇ ਨਾ, ਤਾਂ ਵਾਹਿਗੁਰੂ ਉਸ ਤੋਂ ਦੂਰ ਨਹੀਂ ਹੈ, ਵਾਹਿਗੁਰੂ ਉਸਦੇ ਹਿਰਦੇ ਵਿੱਚ ਹੀ ਵੱਸਦਾ ਹੈ। ਵਾਹਿਗੁਰੂ ਉਦੋਂ ਹੀ ਦੂਰ ਹੈ ਜਦੋਂ ਇਨਸਾਨ ਇਹ ਸੋਚਦਾ ਹੈ ਕਿ ਮੈਨੂੰ ਕੋਈ ਦੇਖਣ ਵਾਲਾ ਨਹੀਂ ਹੈ। ਉਹ ਪਰਾਏ ਤਨ ਅਤੇ ਪਰਾਏ ਧਨ ਦੀ ਝਾਤ ਕਰਦਾ ਹੈ। ਪਰਾਇਆ ਤਨ ਦਾ ਸੰਬੰਧ ਸਾਡੇ ਕਰੈਕਟਰ ਦੇ ਨਾਲ ਹੈ, ਆਚਰਣ ਦੇ ਨਾਲ ਹੈ।
गुरसिख ने जिथे सेवा सिमरन वाला जीवन जीना है इस दे नाल ही उसका आचरण बहुत उच्चा होना चाहिए। साडे देश दे विच ये बहुत वड्डी बीमारी सी कि पराए तन वल झाक रही सी, इसत्री की भी पराए तन वल झाक, पुरश की भी पराए तन वल झाक रही सी। महाराज कहिंदे कि अजिहे लोग चाहे स्त्री है चाहे पुरश है वो कितने भी बख्शे नहीं जा सकते, जिथे समाज के उन्हां दी बदनामी होंदी है उत्थे वाहिगुरु परमेश्वर के दर के उत्ते भी उन्होंने शर्मसार होना पैदा है। गुरु भी अजिहे इंसानों की गवाही नहीं दिता है। सो बंदगी का सिमरन का जड़ा है वो अर्थ ही यह है कि साडा जीवन बहुत उच्चा सुचा हो गया, साडे जीवन के विश्व गुण आने जिथे सत ते पहरा देना है। सत सच है तो सत का अर्थ आचरणमय है, संतोषमय जीवन जीना है, दया वाला सुभा सारे उत्ते दया करनी है, निम्रता रखनी है, सब नाल रब दे जीव समझ के प्रेम करना है, कोई विचकरा नहीं करना है, खेमा का सुभा होना चाहिए है। ये सारे शुभ गुण हैं, इस दे नाल ही उस दे अंदर कभी भी पराए तन अते पराए तन दे बारे मंदी सोच नहीं आनी चाहिए। बस ज्यों ही ये सोच आती है वो इंसान भावें कितना भी धर्मी होवे, आपां देख रहे हैं अपने जीउंदिआं जी ही आपां वेख लिया है कि संसार दे विच जिहड़े लोग अपने आप नूं महात्मा कहाउंदे सन और लखां चेले सन जिन्हां दे इस कारण ही वो उन्हां नूं जेलां विच बैठना पिया है और तरले रहिंदे हन कि किवें ना किवें बाहर निकलीए, पर कोई उन्हां नूं छकाउण वाला नहीं, कोई उन्हां दी हामी नहीं पा रहा। लोकां दे नाल तां धोखा कीता जा सकदा है लेकिन रब दे नाल धोखा नहीं किया जा सकता। वो सब कुछ ही जो कुछ असं कर रहे हैं साड़िया सारिया करतूतों का जन्म है। इस करके महाराज ने जिथे गुरबाणी के सिक्ख्या दिती सानू पर तेरा रूप ना वेख लेंद्र साध के कहल संत संगी रब दे प्यारियां नाल जे तुसीं प्यार रखोगे चंगे इंसानों की संगत करोगे तो तुहाडे मन में कदे भी मंदा ख्याल अजिहा नहीं आएगा, चंगे ख्याल देख पराईयां चंगियां मावां भैणां तीआं जाने ये सानू उपदेश है कि हे इंसान जे तू धर्मी है अपने आप में कहना है कि मैं गुरु का सिख हाँ तो देख लै अपने तो वड्डी नूं मां समझी, अपने बराबर दी नूं भैण समझी, अपने तो छोटी नूं अपनी धी समझी। इस तरह स्त्री वास्ते भी यही उपदेश है कि अपने तो वड्डे नूं प्यो समझो, अपने बराबर दे नूं भरा समझो, अपने तो छोटे नूं बच्चा समझो। जे अजिही भावना इंसान के अंदर होवे तो वो धर्मी है, नहीं तो कपट है, लोगों नूं भी धोखा दे रहा है और अपने आप नूं भी धोखा दे रहा है। दसम पातशाह ने खालसे की साजना की जदों जिहड़ियां सानूं रहतां बख्शिश कीतियां, खालसे ने जिहड़ियां रहतां बख्शिश कीतियां, कुछ रहता हैं कुछ करहता हैं, करहता कुछ छुट्टियां करहता हैं जिन्हां करके इंसान तनखाइया हुंदा है, कुछ करहता हैं
ਮੱਜਰ ਕਰਤਾ ਹਨ ਜਿਨ੍ਹਾਂ ਕਰਕੇ ਸਿੱਖ ਦਾ ਗੁਰੂ ਦੇ ਨਾਲ ਸੰਬੰਧ ਟੁੱਟ ਜਾਂਦਾ ਹੈ ਜਾਂ ਇੰਝ ਕਹਿ ਲਓ ਕਿ ਗੁਰੂ ਉਸ ਦੇ ਨਾਲ ਸੰਬੰਧ ਤੋੜ ਦਿੰਦਾ ਹੈ ਉਹਨਾਂ ਮੱਜਰ ਕਰਤਾਂ ਦੇ ਵਿੱਚੋਂ ਇਹ ਕਰਤ ਇੱਕ ਕਰਤ ਹੈ ਕਿ ਪਰਾਏ ਤਨ ਅਤੇ ਪਰਾਏ ਧਨ ਵੱਲ ਜਾਗ ਰੱਖਣੀ ਮੰਦੀ ਦ੍ਰਿਸ਼ਟੀ ਨਾਲ ਦੇਖਣਾ ਬੁਰੀ ਦ੍ਰਿਸ਼ਟੀ ਨਾਲ ਦੇਖਣਾ ਇੱਕ ਰਹਿਤ ਰੱਖੀ ਹੋਈ ਹੈ ਮਹਾਰਾਜ ਔਰ ਅਜਿਹੇ ਇਨਸਾਨ ਦਾ ਗੁਰੂ ਨਾਲ ਕੋਈ ਸੰਬੰਧ ਨਹੀਂ ਰਹਿ ਜਾਂਦਾ ਤਾਂ ਉਹ ਖਾਲਸੇ ਪੰਥ ਵਿੱਚ ਸ਼ਾਮਿਲ ਹੋ ਸਕਦਾ ਹੈ ਜੇ ਉਹ ਆਪਣੀ ਭੁੱਲ ਪੰਜਾਂ ਪਿਆਰਿਆਂ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਦੱਸੇ ਕਿ ਮੇਰੇ ਕੋਲ ਆਹ ਕਰਹਿਤ ਹੋਈ ਹੈ ਦੱਸਣਾ ਪਏਗਾ ਉਸਨੂੰ ਪੰਜਾਂ ਪਿਆਰਿਆਂ ਨੂੰ ਪੰਜ ਪਿਆਰੇ ਆਪਸੀ ਗੁਰਮਤਾ ਕਰਕੇ ਉਸਨੂੰ ਬਖਸ਼ ਸਕਦੇ ਹਨ ਉਸਨੂੰ ਸਜਾ ਵੀ ਲਾ ਸਕਦੇ ਹਨ ਜਿਸ ਨੂੰ ਤਨਖਾਹ ਕਹਿੰਦੇ ਹਨ ਗੁਰਬਾਣੀ ਗੁਰਮਤ ਦੇ ਵਿੱਚ ਔਰ ਉਸਨੂੰ ਫਿਰ ਪੰਥ ਦੇ ਵਿੱਚ ਰਲਾ ਸਕਦੇ ਹਨ ਉਹਨਾਂ ਚਿਰ ਉਸਦਾ ਗੁਰੂ ਨਾਲੋਂ ਗੁਰੂ ਪੰਥ ਨਾਲ ਉਸਦਾ ਸੰਬੰਧ ਟੁਟਾਰੀਦਾ ਹੈ ਔਰ ਮਾਰੇ ਦਾ ਹੁਕਮ ਇਹ ਹੈ ਕਿ ਅਜਿਹੇ ਇਨਸਾਨ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ ਜਿਹੜਾ ਗੁਰੂ ਦੇ ਦਰ ਤੋਂ ਦੁਰਕਾਰਿਆ ਗਿਆ ਹੈ ਉਸ ਦੇ ਨਾਲ ਕਦੇ ਸੰਬੰਧ ਨਹੀਂ ਰੱਖਣਾ ਸੋ ਇੱਥੇ ਵੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਜਿੱਥੇ ਸਖੀ ਦੂਸਰੀ ਸਖੀ ਦੇ ਨਾਲ ਹੋਰ ਗੱਲਾਂ ਕਰਦੀ ਹੈ ਰੱਬ ਦੀਆਂ ਗੱਲਾਂ ਕਰਦੀ ਹੈ ਉਸਦੇ ਪਿਆਰ ਦੀਆਂ ਗੱਲਾਂ ਕਰਦੀ ਹੈ ਉਸਦੀਆਂ ਬਖਸ਼ਿਸ਼ਾਂ ਦੀਆਂ ਗੱਲਾਂ ਕਰਦੀ ਹੈ ਇੱਥੇ ਨਾਲ ਹੀ ਇਹ ਵੀ ਗੱਲ ਉਸਨੇ ਨਾਲ ਉਸਦੇ ਵਿਚਾਰੀ ਕਿ ਹੇ ਭੈਣੇ ਹੇ ਸਖੀਏ ਆਹ ਗੱਲ ਵੀ ਸਾਡੇ ਮਾਲਕ ਨੇ ਸਾਡੇ ਪਰਮੇਸ਼ਰ ਨੇ ਗੁਰੂ ਨੇ ਵਾਹਿਗੁਰੂ ਨੇ ਸਾਡੇ 'ਤੇ ਲਾਗੂ ਕੀਤੀ ਹੋਈ ਹੈ ਕਿ ਜਿਹੜਾ ਪਾਤਰ ਰਾਮ ਜਾਹੇ ਸਹੀ ਤਾਂ ਲੱਗਿਆ ਹੇ ਇਨਸਾਨ ਜੇ ਪਰਾਈ ਇਸਤਰੀ ਨੂੰ ਭੋਗਣ ਜਾਵੇਗਾ ਤਾਂ ਤੈਨੂੰ ਸ਼ਰਮਸਾਰ ਹੋਣਾ ਪਵੇਗਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਨਿਤ ਪ੍ਰਤੇ ਹਿਰਹਿ ਪਰਦਰਵ ਸ਼ਿਦਰ ਕਰਤ ਕਰਦੀ ਹੈ ਜਿਹੜੇ ਲੋਕ ਨਿਤ ਪ੍ਰਤੀ ਰੋਜ਼ਾਨਾ ਹਰ ਵੇਲੇ ਦੂਜਿਆਂ ਦਾ ਧਨ ਠੱਗਣ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਧਨ ਨੂੰ ਚੋਰੀ ਕਰਨ ਦਾ ਉਹਨਾਂ ਨਾਲ ਧੋਖਾ ਕਰਕੇ ਉਹਨਾਂ ਦੇ ਧਨ ਨੂੰ ਆਪਣਾ ਬਣਾਉਣ ਦੀ ਸੋਚਦੇ ਰਹਿੰਦੇ ਹਨ ਇਹ ਵੱਡਾ ਪਾਪ ਹੈ ਧਨ ਕਿਸੇ ਦਾ ਖੋਣਾ ਕਿਸੇ ਦੇ ਨਾਲ ਬੇਈਮਾਨੀ ਕਰਨੀ ਠੱਗੀ ਮਾਰਨੀ ਕਿਸੇ ਦੇ ਕੋਲੋਂ ਲੈ ਕੇ ਉਧਾਰ ਲੈ ਕੇ ਮੁੱਕਰ ਜਾਣਾ ਇਹ ਵੱਡਾ ਪਾਪ ਕਿਹਾ ਗਿਆ ਔਰ ਇਸ ਪਾਪ ਤੋਂ ਕੋਈ ਨਹੀਂ ਬਚਾ ਸਕਦਾ ਉਸਨੂੰ ਅਜਿਹੇ ਇਨਸਾਨ ਨੂੰ ਵੀ ਵਾਹਿਗੁਰੂ ਪਰਮੇਸ਼ਵਰ ਦੀ ਦਰਗਾਹ ਵਿੱਚ ਹਿਸਾਬ ਕਿਤਾਬ ਦੇਣਾ ਪੈਂਦਾ ਔਰ ਸਿੱਖ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਕਿਵੇਂ ਗੁਰੂ ਦਸਮ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ 'ਚ ਆਉਂਦੀ ਹੈ ਸਾਖੀ ਕਿਵੇਂ ਬਾਜ ਦੇ ਕੋਲੋਂ ਇੱਕ ਹੋਰ ਜਾਨਵਰ ਨੂੰ ਕਿਵੇਂ ਆਪਣੇ ਸਾਹਮਣੇ ਉਸਨੂੰ ਮਰਵਾਇਆ ਸੀ ਉਸਨੂੰ ਸਜ਼ਾ ਦਵਾਈ ਸੀ ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਅਜਿਹਾ ਕਿਉਂ ਇਸ ਜਾਨਵਰ ਨੇ ਕੀ ਵਿਗਾੜਿਆ ਸੀ ਆਪ ਜੀ ਨੇ ਬਾਜ ਦੇ ਰਾਣੀ ਇਸ ਨੂੰ ਇਹ ਹਾਲਤ ਕਰਵਾ ਦਿੱਤੀ ਹੈ ਤਾਂ ਮਹਾਰਾਜ ਨੇ ਕਿਹਾ ਕਿ ਇਸਨੇ ਪਿਛਲੇ ਜਨਮ ਦੇ ਵਿੱਚ ਹੈ ਤਾਂ ਸਾਡਾ ਸਿੱਖ ਸੀ ਇਸਨੇ ਕਿਸੇ ਦੇ ਕੋਲੋਂ ਉਧਾਰ ਪੈਸੇ ਮੰਗੇ ਉਸਨੇ ਦੇਣ ਤੋਂ ਨਾ ਕਰ ਦਿੱਤੀ ਕਹਿੰਦਾ ਨਹੀਂ ਤੂੰ ਵਾਪਸ ਨਹੀਂ ਕਰਨੇ ਤਾਂ ਇਸਨੇ ਸਾਡੀ ਗੁਰੂ ਦੀ ਸਹੁੰ ਖਾਧੀ ਸੀ ਕਿ ਮੈਂ ਗੁਰੂ ਦੀ ਸਹੁੰ ਖਾਂਦਾ ਹਾਂ ਮੈਂ ਗੁਰੂ ਦਾ ਸਿੱਖ ਹਾਂ ਮੈਂ ਤੈਨੂੰ ਪੈਸੇ ਜ਼ਰੂਰ ਮੋੜਾਂਗਾ ਜਿੰਨਾ ਸਮਾਂ ਇਸਨੇ ਮੰਗਿਆ ਸੀ ਉਨਾ ਸਮਾਂ ਲੰਘਿਆ ਉਸ ਤੋਂ ਬਾਅਦ ਜਦੋਂ ਉਸਨੇ ਆ ਕੇ ਪੈਸੇ ਮੰਗੇ ਤਾਂ ਇਹ ਮੁੱਕਰ ਗਿਆ
छंगोपुर का झगड़ा करना पड़ा और समाज यहाँ ऐस की मौत हो गई, ये अपना कर्जा नहीं ला सकया। एक बंदे जिसने को लिया सी वह भी सागत ते विश्वास रखने वाला सागत सिख सी, उसने तो विश्वास किया कि गुरु की सामत आता है, वो बाज है सागत जरा बटेरा शब्द वरत्या है, उसे पंछी है बटेरा एक आ जरा पंछी है, ये वो सिख है जिसने सागे नाम की सौ खा के जरा मुकर गया सी। सो वह हिसाब किताब असी हम अपनी अखा के सामने क्योंकि सामू वेच लिया असी पूरा करवा दिता है इस बाज का। सो साखी की सिक्ख्या यह है कि पहली गल तो पराए धन वाल झाक नहीं रखनी है, किस को किन्ना है जा सकर कोई अपना ही क्यों ना हो, कदे भी नहीं सोचना किसी की जेब में मंदी नज़र के नाल नहीं देखना। सो दूसरी गल किसी के कोलो लैके मुकरना नहीं है, जे लिया है किसी के कोलो उधार लिया है तो अपने जीवन काल के वो कर्जा जरूर लाना है, ना लाया तो फिर यही बटेरे वाला हाल होगा, क्योंकि एक सिख जदों दूजे सिख नूं कुछ दिंदा है तो गुरु ते विश्वास करके दिता है, शाहूकार जिहड़ा हुंदा है वह विश्वास के नाल ही पैसे किसी दिता है, वैसे तो उसका सोना रख लैंदा है जां जमीन रख लैंदा है उसके बदले में उसनों दिता है, पर जे कोई उंज ही दे देवे विश्वास के नाल गुरु नूं विच कीता होए तो फिर ये जरूरी है, ये साडे आचरण का एक हिस्सा है, दोनों गल्लां ही साढ़े आचरण के नाल संबंधित। हर गुण रमत पवित्र सगल कुलतार, पर जेड़े वाहिगुरु परमेश्वर के गुण गाते रहते हैं परमेश्वर को याद करते रहते हैं उसके गुणा के राही वो अपनी कुल उतार देते हैं। एक तो वह हैं जेड़े धर्मी होंदे भी पराए तन धन वाल झाकते रहते हैं बुरी नज़र के नाल, उन्होंने इतने भी शर्मसार होना पैदा है तो प्रभु की दरगाह भी, भावें किन्ने पाठ पूजा करने वाले हो किन्ने भी अपने बाहर अखा मीट मीट के भगत खवाण का दिखाने का यतन कर अजिहे लोगों गुरु के दर के प्रवान नहीं किया जाता है, पर दूसरे पास गुरु की रजा में रह के महाराज का हुक्म की है सानू जो कुछ तेनों वाहिगुरु ने दिता इस ते ना गुजारा कर, तेरिया लोड़ां दा उस वाहिगुरु परमेश्वर नूं पता है। सो पहला भी एक दिन विचार ये आया सी जे किसी गल की कमी है तो गुरु के कोल मंगला, आप ना देवो तो देवो मंगी मंगला गुरु देवेगा तेरी लोड़ जरूर पूरा करेगा, पर किसे ना ठगी नहीं मारनी है, किसे नूं धोखा नहीं देना है। इस तरह ही महाराज का हुक्म है दसम पातशाह ने दसम ग्रंथ दे अपनी बाणी दे राही दस्या है कि जदों असी जवानी दी उम्र विच आए या टीन एज है जदों 13 साल की उम्र हो जाती 13 साल की उम्र हो जाती है इतों लैके 19 तक इसमें जवानी की उम्र कहा गया है, इस एज के विच ही विकार पैदा होते हैं चाहे बच्ची है चाहे बच्चा है, जेड़े इस उम्र 13 साल तो लैके 19 साल की उम्र तक बच गए वो बचे रहते हैं तकरीबन, कोई भावें बिरला हो जरा ना बचे माड़ी किस्मत हो नहीं तो बचे रहते हैं। सो महाराज कहते कि साडे पिता जी ने सानू ये वचन किया कोल बिठा के दसम पातशाह कहते हैं कि हे पुत्र निज ने नारी के नेह संत नित्र निज नारी अपनी पत्नी
ਮਹਾਰਾਜ ਕ੍ਰਿਸ਼ਨੀ ਸਨ। ਸੋ ਉਹਦੇ ਨਾਲ ਨਿੱਤ ਹੀ ਪਿਆਰ ਕਰਨਾ ਹੈ, ਉਸਨੂੰ ਆਪਣਾ ਸਮਝਣਾ ਹੈ। ਪਰ ਨਾਰੀ ਕੀ ਸਹਿਜ ਤੁਮ ਸੁਪਨੇ ਹੋਣਾ ਮਿਲ, ਪਰ ਪਰਾਈ ਇਸਤਰੀ ਦਾ ਤੈਨੂੰ ਸੁਪਨੇ ਸੁਪਨਾ ਨਹੀਂ ਕਦੇ ਆਉਣਾ ਚਾਹੀਦਾ। ਇਹ ਦਸਮ ਪਾਤਸ਼ਾਹ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੋਲ ਬਿਠਾ ਕੇ ਜਵਾਨੀ ਦੀ ਉਮਰ ਸਮਝਾਇਆ ਸੀ ਔਰ ਇਸ ਗੱਲ ਦੇ ਉੱਤੇ ਪਹਿਰਾ ਦਿੱਤਾ ਔਰ ਆਪਣੇ ਗੁਰੂ ਸਿੱਖਾਂ ਨੂੰ ਹੀ ਇਹੀ ਉਪਦੇਸ਼ ਦਿੱਤਾ ਕਿ ਗੁਰਸਿੱਖੋ ਇਸ ਪਾਸੋਂ ਥੋੜ੍ਹਾ ਧਿਆਨ ਰੱਖਿਓ। ਮਨ ਦਾ ਸੁਭਾਅ ਬੜਾ ਗੰਦਾ ਹੈ, ਪਤਾ ਨਹੀਂ ਕਿਹੜੇ ਵੇਲੇ ਇਹ ਗੰਦ ਵਿੱਚ ਜਾ ਕੇ ਡਿੱਗ ਪੈਂਦਾ ਹੈ। ਚੰਗੇ ਬਲੇ ਇਨਸਾਨ ਦਾ, ਇਸ ਕਰਕੇ ਗੁਰੂ ਦੇ ਸ਼ਬਦ ਨੂੰ ਆਪਣੇ ਅੰਗ ਸੰਗ ਰੱਖਿਓ। ਸ਼ਬਦ ਰੂਪ ਵਿੱਚ ਜੇ ਗੁਰੂ ਤੁਹਾਡੇ ਅੰਗ ਸੰਗ ਹੈ ਤਾਂ ਤੁਹਾਡੇ ਅੰਦਰ ਜੇ ਕਿਤੇ ਅਜਿਹਾ ਮਾੜਾ ਵਿਚਾਰ ਆਇਆ ਵੀ ਤਾਂ ਤੁਹਾਨੂੰ ਗੁਰੂ ਬਚਾ ਲਏਗਾ, ਸ਼ਬਦ ਦਾ ਆਸਰਾ ਨਛੇਗਾ। ਹਰ ਹਾਂ ਸੁਣਤੇ ਪਏ ਪੁਨੀਤ ਪਾਰ ਬ੍ਰਹਮ ਵਿਚਾਰੇ, ਹੇ ਸਖੀਏ ਜਿਨ੍ਹਾਂ ਨੇ ਤਾਂ ਪਰਮੇਸ਼ਰ ਦੇ ਗੁਣ ਗਾਏ, ਪਰਮੇਸ਼ਰ ਦੀ ਸਿਲਸਿਲਾ ਕੀਤੀ, ਉਹਨਾਂ ਦੀ ਕੁੱਲ ਦਾ ਉਧਾਰ ਹੋ ਗਿਆ, ਤੇ ਜਿਨ੍ਹਾਂ ਨੇ ਗੁਣ ਸੁਣੇ ਸੰਗਤ ਵਿੱਚ ਬੈਠ ਕੇ, ਸੁਣਤੇ ਪਏ ਪੁਨੀਤ ਪਾਰ ਬ੍ਰਹਮ ਵਿਚਾਰੇ, ਔਰ ਸੰਗਤ 'ਚ ਬੈਠ ਕੇ ਰੱਬ ਦੀਆਂ ਗੱਲਾਂ ਸੁਣੀਆਂ, ਉਹ ਵੀ ਪਵਿੱਤਰ ਹੋ ਗਿਆ, ਉਹ ਵੀ ਪਵਿੱਤਰ ਕਰਨ ਵਾਲੇ। ਸੋ ਮਹਾਰਾਜ ਦਾ ਵਚਨ ਹੈ, ਸੁਣਦੇ ਪੁਨੀਤ ਕਹਿੰਦੇ ਸਤਿਗੁਰਿਆ, ਗੁਰੂ ਹਾਜ਼ਰ ਹੈ, ਗੁਰੂ ਦੀ ਹਜ਼ੂਰੀ ਵਿੱਚ ਕਹਿਣ ਵਾਲੇ ਵੀ ਪਵਿੱਤਰ ਹੋ ਜਾਂਦੇ ਹਨ ਅਤੇ ਸੁਣ ਵਾਲੇ ਵੀ ਪਵਿੱਤਰ, ਦੋਨਾਂ ਦਾ ਹੀ ਭਲਾ ਹੋ ਜਾਂਦਾ ਹੈ। ਉੱਪਰ ਬਣੇ ਆਕਾਸ਼ ਤਲੈ ਧਰ ਸੋਹਤੀ, ਦੈਦ ਚਮਕੇ ਬੀਜਲ ਮੁੱਖ ਵਜੋਂਦੀ, ਹੇ ਸਖੀਏ ਦੇਖ ਸੰਸਾਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਖੇਲ। ਉੱਪਰ ਆਕਾਸ਼ ਬਣਾਇਆ ਹੋਇਆ ਹੈ, ਕਿੰਨਾ ਸੋਹਣਾ ਲੱਗਦਾ ਹੈ, ਤਾਰੇ ਕਿੰਨੇ ਸੋਹਣੇ ਲੱਗਦੇ ਹਨ, ਚੰਦਰਮਾ ਸੂਰਜ ਵਾਹਿਗੁਰੂ ਪਰਮੇਸ਼ਰ ਨੇ ਕਟਾਏ ਹੋਏ ਹਨ ਆਕਾਸ਼ ਦੇ ਵਿੱਚ, ਬੜਾ ਹੀ ਸੋਹਣਾ ਛੱਤ ਬਣਾਈ ਹੋਈ ਹੈ। ਤਲੈ ਦਰਸੋ ਦੀ ਅਤੇ ਥੱਲੇ ਦੇਖ ਕਿੱਦਾਂ ਹਰੀ ਭਰੀ ਧਰਤੀ ਜਿਹੜੀ ਹੈ ਪੈਰਾਂ ਦੇ ਥੱਲੇ ਸ਼ੋਭਾ ਦੇ ਰਹੀ ਹੈ। ਇਹ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਹੈ, ਕਿੰਨੀ ਸੋਹਣੀ ਲੱਗਦੀ ਹੈ। ਦੈਦਸ ਚਮਕੇ ਬੀਜਲ ਮੁਕੋ ਜਲਦੀ, ਅਤੇ ਵੇਖ ਰੱਬੀ ਜੋਤ ਦਾ ਪ੍ਰਕਾਸ਼ ਕਿਵੇਂ ਹੋ ਰਿਹਾ ਹੈ, ਜਿਵੇਂ ਬੱਦਲਾਂ ਦੀ ਬਿਜਲੀ ਚਮਕਦੀ ਹੈ ਅਤੇ ਸਾਡੇ ਚਿਹਰਿਆਂ ਦੇ ਉੱਤੇ ਪੈਂਦੀ ਹੈ, ਇਸੇ ਹੀ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੀ ਪਾਵਨ ਜੋਤੀ ਦਾ ਪ੍ਰਕਾਸ਼ ਸਾਰੀ ਸ੍ਰਿਸ਼ਟੀ ਵਿੱਚ ਹੋ ਰਿਹਾ ਹੈ। ਤੂੰ ਆਪਣੀ ਸੁਰਤੀ ਨੂੰ ਅਜਿਹਾ ਬਣਾ, ਉਸਦਾ ਅਹਿਸਾਸ ਕਰ, ਤੇਰੇ ਚਿਹਰੇ ਦੇ ਉੱਤੇ ਉਹ ਵੀ ਰੱਬੀ ਜੋਤ ਜਿਹੜੀ ਹੈ ਉਹ ਵੀ ਕੜਕਾਂ ਮਾਰੀ ਹੈ, ਚਮਕ ਰਹੀ ਹੈ। ਪਰ ਖੋਜਤ ਫਿਰੋਂ ਉਪਦੇਸ਼ ਪੀਓ ਕਰ ਪਾਈ ਹੈ, ਪਰ ਮੈਂ ਭੁੱਲ ਗਈ, ਅਣਜਾਣ ਗਿਆਨ ਨਹੀਂ ਸੀ, ਮੈਂ ਤਾਂ ਉਹਨੂੰ ਬਾਹਰ ਵਿਦੇਸ਼ ਵਿੱਚ ਲੱਭਣ ਚੱਲ ਪਈ, ਭਾਵ ਕਰਮ ਬਾਰਿਸ਼ ਘਰ ਛੱਡ ਕੇ ਬਾਹਰ ਚਲੇ ਗਈ, ਜੰਗਲਾਂ 'ਚ ਚਲੇ ਗਈ, ਪਹਾੜਾਂ 'ਤੇ ਚੜ੍ਹ ਗਈ ਕਿ ਮੈਨੂੰ ਵਾਹਿਗੁਰੂ ਪਰਮੇਸ਼ਰ ਕਿਤੇ ਮਿਲ ਜਾਵੇ। ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈ ਹੈ। ਹੇ ਭੈਣੇ, ਜਿੰਨਾ ਚਿਰ ਕੋਈ ਚੰਗਾ ਕੀਤਾ ਹੈ, ਪਿਛਲੇ ਜਨਮ ਦਾ ਕਰਮ ਨਹੀਂ ਮੱਥੇ 'ਤੇ ਪ੍ਰਗਟ ਹੁੰਦਾ, ਉਹਨਾਂ ਚਿਰ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਨਹੀਂ ਹੁੰਦੇ, ਉਹਨਾਂ ਚਿਰ ਗੁਰੂ ਨਾਲ ਮਿਲਾਪ ਨਹੀਂ ਹੁੰਦਾ ਹੈ, ਅਤੇ ਜਿੰਨਾ ਚਿਰ ਗੁਰੂ ਨਾਲ ਮਿਲਾਪ ਨਹੀਂ ਹੁੰਦਾ ਹੈ ਉਹਨਾਂ ਚਿਰ ਪਰਮੇਸ਼ਰ ਦਾ ਅਹਿਸਾਸ ਨਹੀਂ ਹੁੰਦਾ ਹੈ। ਸੋ ਵਾਹਿਗੁਰੂ ਪਰਮੇਸ਼ਰ ਦਾ ਜੋ ਅਹਿਸਾਸ ਹੈ ਉਹ ਗੁਰੂ ਦੀ ਰਹਿਮਤ ਹੈ, ਔਰ ਇਹ ਅਹਿਸਾਸ ਜਿਨ੍ਹਾਂ ਨੂੰ ਵੀ ਹੋਇਆ ਸਤਸੰਗ ਵਿੱਚੋਂ ਹੀ ਹੋਇਆ। ਭਗਤ ਕਬੀਰ ਜੀ ਨੂੰ ਅਹਿਸਾਸ ਹੋਇਆ ਸਤਸੰਗ ਵਿੱਚ ਹੋਇਆ, ਭਗਤ ਰਵਿਦਾਸ ਜੀ ਨੂੰ ਅਹਿਸਾਸ ਹੋਇਆ ਸਤਸੰਗ ਵਿੱਚੋਂ ਹੋਇਆ, ਭਗਤ ਨਾਮਦੇਵ ਜੀ ਨੂੰ ਜੋ ਅਹਿਸਾਸ ਹੋਇਆ ਉਹ ਵੀ ਸਤਸੰਗ ਵਿੱਚੋਂ ਹੋਇਆ। ਜਿਹੜੀ ਭਗਤਾਂ ਦੀ ਬਾਣੀ
गुरु ग्रंथ साहिब जी दे दर्ज है ये सारे सत्संगी सन जिथे आप जपते सन इस दे नाल ही दूसरों में जपाते सन आप ध्यान में जुड़ते सन दूजों में उस दे ध्यान में जुड़ते सन। सो जिवें उन्होंने अनुभव होया फिर उन्होंने संसार के लोगों नाल सांझ पाई। गुरदीनी वस्त कबीर कौ लेहो वस्त समाल। कबीर जी कहते मेरे गुरु ने मैनु ये दात बख्श दिती कहते संभाल के रखी इन। कबीर दी संसार को लीनी जिस मस्त पार। कबीर जी कहते मैं तो संसार से रखनी शुरू कर दिती पर मिले किनू जिन्हों के मस्तक के चंगे पार सन। हर एक नहीं लै सकिया क्योंकि किसी ने सोचा जलाया का मुंडा है एक तरह भगत बन गया। सोच ही उन्होंने यहोजी ये तो कंगाल है ये घर तो रोटी नहीं पकती है एक कितों रब दियां गल्लां सानूं सुना देगा एक कितों रब नूं मिल गया। एक वो लोग सन जिहड़े भगतां नूं नीवी जाति का गरीब समझ के उन्हां ते विश्वास नहीं करते सन। दूसरे पास एक वो लोग सन जिन्हां ने जिन्हां दे भाग चंगे सी उन्हां दी संगत च आए और अरदासा कीतियां जोड़ियां कीतियां कबीर जी ने उन्होंने ते कृपा कर दी उन्होंने सोची हो गई। जिखे सभे थाम नहीं तुद जिहिया बतोह गुरख बधाते तां तू सोहिया। वसदी सघन अपार अनूप रामदासपुर हर हां नानक असमल जाहे नाहै रामदास सर। हुण एहसास उस वाहिगुरु का किवें होया आपां सुन रहे हैं कि संगत विच एहसास हो गया। संगत करद्या करद्या भगतां नूं एहसास होया जिन्हें भी महात्मा संसार विच होए हन उन्हां नूं गुरु की संगत करद्या करद्या ही रब का एहसास होया। फिर उन्होंने जो आप नूं एहसास होया फिर उन्होंने संसार नूं दसना शुरू किया। सो ये शब्द सियाणियां ने ज्ञानवान लोगों ने दो तरह अर्थ किए हैं। एक तो इस शब्द को जोड़िया है अमृतसर के नाल। अमृतसर दे बारे ये शब्द के गुरु अर्जन देव पातशाह ने कि जदों इत्थे सारी रचना हुई गुरु रामदास जी ने अमृतसर शहर वसाया सी आप महाराज ने बाजार बनाए गुरु के बाजार बनवी हैं उत्थे बवंजा कितियां दे लोगों नूं उत्थे वसाया कि तुसी आओ इत्थे कारोबार करो। संतां नूं प्रेरणा कीती कि तुसी इन्हां दे कोलों अपना जो कुछ खरीदना है खरीदया करो इन्हां दा कारोबार वधे शहर दी वसों संगणी करी। बड़ी बड़ी दूरों संतां जिहड़ियां सन उह दरबार साहिब उत्थे आउंदियां सन अमृतसर साहिब आउंदियां गुरु महाराज दे दर्शन करन वास्ते। पंचम पातशाह ने जो अमृत सरोवर आरंभ किया गुरु रामदास जी ने जिथे हरिमंदर साहब है इस सरोवर की उसारी गुरु रामदास जी ने आरंभ की। उन्होंने जीवन काल में पूरी नहीं सी हुई पौड़ियां नहीं सन बनिया खुदाई हो गई सी इसनों पूरा किया गुरु अर्जन देव पातशाह ने। गुरु अर्जन देव पातशाह ने यह सरोवर तैयार करके इसके बिल्कुल विचकार श्री हरिमंदर साहब की उसारी करवाई और उसका संबंधित पुल के नाल जुड़िया। इस जो इतिहास है यह भी बहुत विस्तार का है ये जो कि समा मिले महाराज कृपा करने पुल क्यों बनाया पुल का की संबंध है। एक साइड पर भी महाराज जिवें तरन तारण साहब है उत्थे सरोवर एक साइड पर है या दरबार साहब है एक पासे है कि हरिमंदर साहब का वह भी गुरु अर्जन देव जी ने बनाया और वो इस तो पहला का बनया है कि यह नहीं इस तरह बन सकता पुल की की रोड़ ये पिछे भी बहुत बड़िया जोज गल। सो महाराज कहते कि ऐसा वाहिगुरु परमेश्वर ने रचना की है जिस वर्गा कुछ होर नहीं है। एक पासे अमृतसर से दूसरे पासे लाहौर से महाराज ने लाहौर शहर जहर कहर शब्द वरत्या
गुरु अमरदास जी का पावन वचन है कि लाहौर शहर के लाहौर शहर जहर कर सवा पैर दिन चढ़ते सवा पैर तक ग्यारह साढ़े ग्यारह बजे तक सवेर तो लैके उत्थे जानवरों को मारिया जाता है खाने वास्ते आसे पासे उन्हों का मास वेचा जाता है। इस करके लाहौर शहर में कहर का घर क्या है जहर का घर क्या है स्वाद के वास्ते वाहन के समान वास्ते लोग ये सारा कुछ करते सन। अमृतसर सिफती का घर मारा नहीं गया इतने अमृतसर इस दर के वास्ते क्या है कि अमृतसर जरा है सिरता घर योग है अमृतसर शहर जरा गुरु रामदास जी ने बनाया है ये सिरता का घर है इतने तो हर वे ही रब दिन गल् होंदियां इतना हर वेले ही कथा कीर्तन होता रहता है बड़ी श्रद्धा न आते हैं इस करके सिफती का घर है। सो महाराज कहते कि जड़ा सरोवर बनाया है महाराज ने गुरु रामदास पातशाह ने जिसको संपूर्ण करवाया गुरु अर्जन देव पातशाह ने इस इनान करने पाप कटे जाते हैं एक अर्थ इसलिए दूसरे अनुभवी अर्थ हैं जेड़े गिठे सभ्य थाम नहीं बदली जा इहो जे थां सारे वेखदे हैं पर वाहिगुरु हे परमेश्वर सतसंग वर्गा थां किते नहीं हो रहेगा। संसार दे विच किते भी चल जाओ तुहानूं शांति नहीं आएगी भावें किन्ना भी कोई तुहाडे नेड़े दा रिश्तेदार है ना उत्थे भी चल जाओ ताकि मन में शांति नहीं आएगी सुख नहीं मिलेगा संकून नहीं मिलेगा। पर जदों तुसीं सत्संग दे विच आ जाओगे ना ताकि मन शांत हो जाएगा ताकि सारी चिंतावां मुक जाएंगी। इस करके महाराज ने सत्संग नूं अजिहा घर कहा है अजिहा थां कहा है जिस वर्गा दुनिया दे विच किते कोई थां नहीं है। बंदोह पुरख बधाते तां तुस होया हे सत्संग घर नूं संबोधन है हे सत्संग तैनूं पुरख बधाते ने वाहिगुरु परमेश्वर ने बनाया है। सत्संग किन्ने बनाई परमेश्वर परमेश्वर ने गुरु नानक पातशाह नूं प्रगट किया गुरु नानक पातशाह ने संसार दे विच विचरन दे वेले अपने नाल दो साथी लाए बाला जी ते मर्दाना जी ये संगत सी घरों ही संगत लैके तुरे तो इन्हां संगियां दे नाल जिथे भी जाते रहे उत्थे हर थां ते ही उपदेश दिंदे रहे कि रब दे प्यारियो रब नाल जुड़ो सत्संग करिया करो सत्संग घर बनाओ अपने पिंड दे विच अपने शहर दे विच और सत्संग करिया करो संगत च बह के रब दीआं सिफतां करिया करो जम साखियां पढ़ के देखो जिथे भी गए महाराज दुनी चंद नूं उपदेश दिता कहिंदा मेरी किवें कल्याण होवेगी कहिंदे अपने घर नूं सत्संग बना दे सत्संग घर बना दे इत्थे जुड़िया करनगे तूं नाम जपी उन्हां नूं नाल जपावीं तेरा भी भला हो जाएगा उन्हां दा भला हो जाएगा। सज्जन ठग नूं भी इसे तरह ही प्रेरिया नूर शाह राणी नूं भी बुला दे जादू करनी नूं भी उन्हूं भी इसे तरह ही प्रेरिया जिथे भी गए महाराज ने सत्संग कर ये सत्संग तू बहुत ही सोहना है सोहया तू बहुत ही सोहना है भाव तेनू वेख के तेरे दर्शन करके तेरे विच बैठ के आनंद आ जाता है बड़ा ही आनंद आता है। वसती सघन अपार अनूप रामदास रामदास ये अर्थ क्यों बनाए हैं सियाने ने इस तरह रामदास पुर राम दे दासां दा पुर दास शब्द जिहड़ा है रामदास ये बहुवचन है जिवें रामदास सरोवर नहाते उत्थे भी इस तरह ही अर्थ किए हैं सियाने कि राम दे दासां दा जो सरोवर है भाव जिहड़ा सतसंग है सब उत्तरे भाव कमाते इस विच जदों असीं अपनी मत दा इशनान करते हाँ आ के गुरु दे शब्द दे नाल सारे पाप कट्टी दे जांदे हैं पाप लेंदे हैं। जिहड़ा अमृतसर बनाया है महाराज ने देखो उत्थे भी महाराज की बड़ी वड्डी सोच है
कला सरोवर नहीं बनाया, सरोवर के विचकार हरी मंदिर बना दिता है और क्या की है कार इशनान सेमर प्रावा ना मन तन पए अरो इशनान कर सरोवर में इशनान कर तेरे तन की मैल लहेगी तेरे शरीर क्रोह दूर हो गए फिर श्री हरिमंदर साहब जा कीर्तन सुन जब उत्थे बैठ के तो कीर्तन सुनेगा तो तेन उस वेले तेरे मन जड़ा है मन दे रोग दूर होंगे जिन्हें मानसिक रोग हैं वो हरिमंदर साहब के दूर होंगे। सो बिल्कुल इसे ही तरह महाराज कहते कि सत्संग के बड़े ही गुण हैं वसदी सघन अपार जिवें अमृतसर शहर की वसों बिन बहुत वसों है उदों भी बहुत सी बहुत संघनी आबादी हो गई सी उत्थे। इस तरह ही सत्संग आप ना वेखिए इतने सत्संग संसार के किन्निया थावां दे उत्ते सत्संग हो रहा होगा इस वेले जो आप इतने सत्संग कर रहे हैं तो संसार किन्निया थावां दे उत्ते सत्संग हो रहा होगा। सो केवल आप इतने ही नहीं जुड़े इस वेले जिन्हें भी संसार के जिथे जिथे भी सत्संग हो रहा है गुरु की हजूरी के वह सारे सागे नाल जुड़ गए हैं असी सारे उन्होंने नाल जुड़ गए हैं। देखो ऐदा ऐदा सुरतियां जड़िया हैं जुड़दियां अमृत वेले की क्यों महानता दसी है जिवें सत्संग की महानता सत्संग जो हुंदा है उस वेले सारी सृष्टि जिन्हें रब के प्यारे हैं वो रब के ध्यान में जुड़ते हैं सत्संग के रूप इस अमृत वेले जो उठते हो अमृत संसारी लोग सारे सुते होते हैं केवल वो जागते हैं जिहड़े रब के प्यार वाले हैं उस दे ध्यान में जुड़ते हैं वो उस वेले की वाइब्रेशन सत्संग की जिहड़ी वाइब्रेशन है इसका साडे मन ते असर पैंदा है और जदों असी अमृत वेले उठांगे उस वेले वो सारिया रूहां जिन्नियां रब के ध्यान दे जुड़ियां होईयां हन उन्हां दा साडे ते जरूर असर पैंदा है। तां महाराज ने उस वेले नूं अमृत दा वेला कहा अमृत की वर्खा होंगी आत्मक रस जड़ा है उसकी वर्खा होंगी है उस रस में बैठ के अपने आप को आनंद मानना है गुरु की बाणी ना जी हे रामदासा दे गुरी हे सत्संग तेरे गुणा का तो कोई अंत ही नहीं है हर हर नानक कसमल जाहे नाए रामदासा नाए नाए नहीं कहना नाए हे रामदासा दे सर हे सत्संग तेरे विचार के जिहड़ा भी इशनान करता है इशनान की है देखो आप आए शरीरक इशनान आप कर लिया इतने आके मन का इशनान है जो इतने आके बैठे कथा कीर्तन हो रहा है जो सा शब्द की हजूरी में मन आ जाता है आता है जो सत्संग बैठी है ना शब्द की हजूरी ध्यान आता है साडा की कहा जा रहा है की गाया जा रहा है की बोलया जा रहा है इधर ध्यान आता है ये सुधा ही सत्संग रूपी सरोवर डुबी लाने वाली गल है और जो ध्यान इस पासे आएगा उस वेले वो जिहड़ा भी साडे मन दे थोड़े विकार हैं पता नहीं किन्ने गंदे विचार वो एक करके लेंदा जाता और ये इशनान रोज करने महाराज ने प्रेरणा की है एक दिन दे दो दिन की गल नहीं है सारी जिंदगी ये इशनान करते रहना है क्योंकि जिवें नहाइए ना ना आप एक दो दिन तो मैल चढ़ जाती है शरीर देते साडा शरीर होर तरह लगता है इस तरह ही जो सत्संग नहीं करता महाराज ने उदाहरण दी है नदी तो जो पानी विछड़ जाता है जिहड़ा पानी नदी के नाल चलता रहिंदा है नदी के विच वो कदे गंदा नहीं हुंदा है साफ रहिंदा है लेकिन जिहड़ा पानी विछड़ जाता है पासे निकल जाता है वो छप्पड़ का रूप धारण कर लैंदा है कुछ समय बाद उस कीड़े मकौड़े पै जाते हैं और बदबू आना पैंदी उस गंदे पानी के विचों सह सहना सुक जाता है। बिल्कुल सत्संगत में टुकया होया इंसान भावें किन्नी भी बंदगी करता है जदों टुट जाता है
ਉਸਦਾ ਸਹਿ ਸਹਿਜ ਦੇ ਨਾਲ ਘਾਟਾ ਪੈਂਦਾ ਜਾਂਦਾ। ਉਸ ਜਲ ਵਾਂਗ ਜਿਹੜਾ ਨਦੀ ਨਾਲ ਟੁੱਟ ਗਿਆ ਫਿਰ ਇਹ ਹਾਲ ਹੁੰਦੀ। ਇਸ ਕਰਕੇ ਇਹ ਵਹਿਣ ਦੇ ਨਾਲ ਹੀ, ਸਤਸੰਗ ਰੂਪੀ ਵਹਿਣ ਦੇ ਨਾਲ ਹੀ ਚੱਲਦੇ ਰਹਿਣਾ ਜੀਵਨ ਹੈ। ਗੁਰੂ ਦੇ ਚਰਨਾਂ ਦੇ ਅਰਦਾਸ ਹੀ ਸਾਨੂੰ ਇਹ ਕਰਨੀ ਚਾਹੀਦੀ, ਸੱਚੇ ਪਾਤਸ਼ਾਹ ਜਿੰਨਾ ਚਿਰ ਸਰੀਰ ਹੈ ਸਾਨੂੰ ਤੰਦਰੁਸਤੀ ਬਖਸ਼ੋ, ਸਾਨੂੰ ਬਲ ਬਖਸ਼ੋ, ਸਾਡੀਆਂ ਲੱਤਾਂ ਵਿੱਚ ਬਲ ਬਖਸ਼ਿਓ, ਅਸੀਂ ਤੁਹਾਡੇ ਦਰ ਦੇ ਉੱਤੇ ਪਹੁੰਚ ਸਕੀਏ। ਜਦੋਂ ਲੱਤਾਂ 'ਚ ਬਲ ਹੋਏ ਤਾਂ ਫਿਰ ਆਵਾਂਗੇ, ਉਹਦਾ ਕਿੱਥੇ ਆ ਜਾਣਾ। ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ, ਸਤਸੰਗ ਦੇ ਵਿੱਚ ਲਿਆਂਦਾ ਹੈ ਘੇਰ ਕੇ ਸਾਨੂੰ ਤੁਸੀਂ, ਹੁਣ ਸਾਨੂੰ ਸਤਸੰਗ 'ਚ ਬਹਿਣ ਦਾ ਬਲ ਬਖਸ਼ਿਓ, ਸਾਨੂੰ ਇਕਾਗਰਤਾ ਬਖਸ਼ਿਓ, ਮਨ ਜੁੜੇ ਕਿਉਂਕਿ ਅੰਤਰਮੁਖੀ ਹੋਏ ਮਨ, ਔਰ ਨਾਲ ਹੀ ਸਰੀਰਕ ਸਾਵਧਾਨਤਾ ਬਖਸ਼ੋ, ਸਾਨੂੰ ਤੰਦਰੁਸਤੀ ਬਖਸ਼ੋ। ਇਹ ਸਤਸੰਗ ਕਰਦਿਆਂ ਹੋਇਆਂ ਸਾਡੇ ਉੱਤੇ ਕਿਸੇ ਵਿਕਾਰ ਦਾ ਅਸਰ ਨਾ ਹੋਵੇ, ਕਿਸੇ ਬਿਮਾਰੀ ਦਾ ਅਸਰ ਨਾ ਹੋਵੇ, ਇਹ ਅਰਦਾਸ ਕਰਨੀ ਹੈ। ਜਦੋਂ ਇਹ ਅਰਦਾਸ ਕਰਕੇ ਜਦੋਂ ਮਹਾਰਾਜ ਦੀ ਹਜ਼ੂਰੀ 'ਚ ਬੈਠਣਗੇ ਸੰਗਤ ਵਿੱਚ, ਤਾਂ ਸਤਿਗੁਰੂ ਜੀ ਜ਼ਰੂਰ ਰਹਿਮਤ ਹੁੰਦੀ ਹੈ। ਆਨੰਦ ਹੈ, ਸਤਸੰਗ ਵਿੱਚ ਹੀ ਆਨੰਦ ਹੈ। ਆਤਮ ਰਸ ਹੈ, ਸਤਸੰਗਤ ਮੇਰੇ ਵੱਲ ਭਾਗ ਤਾਂ ਹਰ ਰਸ ਆਵੇ ਜੀ। ਜੇ ਚੰਗੇ ਭਾਗਾਂ ਨਾਲ ਗੁਰੂ ਦੀ ਸੰਗਤ ਮਿਲ ਜਾਵੇ ਤਾਂ ਰਸ ਆਉਣਾ ਕੀਤਾ, ਫਿਰ ਨਿਸ਼ਾ ਸਦਾ ਲਾਉਂਦਾ ਹੈ। ਇੱਕ ਵਾਰੀ ਜੁੜ ਗਿਆ ਨਾ, ਜਿੰਨਾ ਮਰਜ਼ੀ ਯਤਨ ਕਰ ਲਏ, ਕਿਤੇ ਵੀ ਗਿਆ ਹੋਏ ਉਹਦਾ ਧਿਆਨ ਸੰਗਤ 'ਚ ਹੀ ਰਹੇਗਾ। ਸਾਡੇ ਕੋਲ ਬੀਬੀ ਨੰਨੀ ਜੀ ਆਉਂਦੇ ਹਨ, ਮੈਂ ਤਾਂ ਬਹੁਤ ਦੇਰ ਤੋਂ ਇਹਨਾਂ ਨੂੰ ਇੱਥੇ ਦਰਸ਼ਨ ਕਰ ਰਿਹਾ, ਇਹਨਾਂ ਦੇ ਬਿਰਧ ਅਵਸਥਾ ਹੈ, 80 ਤੋਂ ਉੱਪਰ ਉਮਰ ਹੋ ਗਈ ਹੈ, ਅਤੇ ਉਹ ਇਹਨਾਂ ਦੇ ਪਰਿਵਾਰ ਵਾਲੇ ਜਿਹੜੇ ਹਨ ਉਹ ਨਹੀਂ ਚਾਹੁੰਦੇ ਕਿ ਜਾਣ। ਮੈਨੂੰ ਕਈ ਵਾਰੀ ਇਹਨਾਂ ਦੱਸਿਆ ਵੀ ਹੈ ਸਤਸੰਗ ਵਿੱਚ ਜਾਣ, ਉਹ ਨਹੀਂ ਚਾਹੁੰਦੇ। ਦੋ ਦਿਨ ਆਏ ਨਹੀਂ, ਮੈਂ ਪੁੱਛਿਆ ਆਏ ਨਹੀਂ, ਕਹਿੰਦੇ ਬਾਹਰੋਂ ਤਾਲਾ ਲਾ ਦਿੰਦੇ ਆ ਕਮਰੇ ਦਾ। ਫਿਰ ਮੈਂ ਕੀ ਕਰਾਂ, ਮੈਂ ਅੱਜ ਕਿਵੇਂ ਆਏ, ਕਹਿੰਦੇ ਉਹਦੇ ਵਿੱਚ ਅੰਦਰ ਅੰਦਰ ਦਰਵਾਜ਼ੇ ਹੈਗੇ ਆ, ਮੈਂ ਉਹ ਅੰਦਰਲੇ ਦਰਵਾਜ਼ੇ ਖੋਲ੍ਹ ਕੇ ਉੱਧਰ ਦੀ ਆ ਗਈਆਂ। ਦੇਖ ਲਓ ਸੰਗਤ ਹੈ ਜੀ ਪਿਆਰ। ਫਿਰ ਆਏ, ਉਹਨਾਂ ਦਾ ਵੇਹ ਜਾਂਦੇ ਨੂੰ ਝਿੜਕਿਆ ਹੋਊਗਾ ਤੁਸੀਂ ਫਿਰ ਐਡੀ ਕਿਉਂ ਲੰਘ ਕੇ ਗਏ, ਉਹਨਾਂ ਵੇਹ ਲਾ ਕੇ ਉਹਨਾਂ ਦਾ ਲਾ, ਫਿਰ ਦੋ ਦਿਨ ਨਹੀਂ ਆਏ। ਸੋ ਇਹ ਹੈ ਸੰਗਤ ਨਾਲ ਪਿਆਰ। ਜੇ ਕੋਈ ਬਣ ਜਾਵੇ ਫਿਰ ਨਹੀਂ ਰਹਿ ਸਕਦਾ ਬੰਦਾ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਸਾਰਿਆਂ ਦੀ ਕਿਰਪਾ ਕਰਨ, ਜੋੜਿਆ ਹੈ ਇਸੇ ਤਰ੍ਹਾਂ ਹੀ ਜੋੜ ਕੇ ਰੱਖਣਾ ਆਪਣੇ ਚਰਨਾਂ ਦੇ ਨਾਲ। ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।